ਲੁਧਿਆਣਾ ਤੋਂ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਅਤੇ ਮੁਖੀ ਸਿਮਰਜੀਤ ਸਿੰਘ ਬੈਂਸ ਵੱਲੋਂ ਸਥਾਨਕ ਬੀਆਰਐਸ ਨਗਰ 'ਚ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜ਼ਿਮਨੀ ਚੋਣਾਂ ਲੜਨ ਦੀ ਤਿਆਰੀਆਂ ਨੂੰ ਲੈ ਕੇ ਵਰਕਰਾਂ ਨਾਲ ਵਿਚਾਰ ਵਿਮਰਸ਼ ਕੀਤਾ ਗਿਆ। ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਮੀਡੀਆ ਤੋਂ ਮੁਖਾਤਿਬ ਹੁੰਦਿਆਂ ਪੰਜਾਬ ਵਿੱਚ ਬਿਜਲੀ ਦੀ ਦਰਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਬੜਾ ਅਫਸੋਸਨਾਕ ਹੈਗਾ, ਪੰਜਾਬ ਦੇ ਅੰਦਰ ਇੰਡਸਟਰੀ ਦਾ, ਆਮ ਲੋਕਾਂ ਦਾ ਪਹਿਲਾਂ ਹੀ ਬਿਜਲੀ ਦੇ ਵਧੇ ਰੇਟਾਂ ਨੇ ਝੂਮਰ ਕੱਢਿਆ ਹੋਇਆ। ਕੈਪਟਨ ਅਮਰਿੰਦਰ ਸਿੰਘ 2017 ਅਸੈਂਬਲੀ ਇਲੈਕਸ਼ਨ ਮੌਕੇ ਲੋਕਾਂ ਨਾਲ ਵਾਅਦਾ ਕੀਤਾ ਸੀ 5 ਰੁਪਏ ਯੂਨਿਟ ਵਿੱਚ, 7.5 ਤੋਂ 8 ਰੁਪਏ ਯੂਨਿਟ ਮਿਲਦੀ ਸੀ। ਅੱਜ 2-part ਟੈਰਿਫ ਸਿਸਟਮ ਲਾਗੂ ਕੀਤਾ ਪਿਛਲੇ ਸਾਲ ਤੋਂ, 10 ਰੁਪਏ ਤੋਂ ਮਹਿੰਗੀ ਬਿਜਲੀ, ਹੁਣ 2.5 ਰੁਪਏ ਹੋਰ ਵਧਾਤੇ। ਸੋ ਇਹ ਪੰਜਾਬ ਦੀ ਇੰਡਸਟਰੀ ਜਿਹੜੀ ਆਲਰੇਡੀ ਬਹੁਤ ਤਬਾਹੀ ਦੇ ਕੰਢੇ ਤੇ ਆ, ਖਤਮ ਹੋ ਜਾਏਗੀ ਪੰਜਾਬ ਦੀ ਇੰਡਸਟਰੀ, ਪੰਜਾਬ ਦਾ ਲੋਕ ਜਿਹੜੇ ਗਰੀਬ ਲੋਕ ਹੈਗੇ ਆ, ਇਹ ਬਿਜਲੀ ਦੇ ਵਧੇ ਰੇਟ ਮਾਰ ਨਹੀਂ ਚੱਲ ਸਕਣਗੇ। ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਇਹ ਵਾਅਦਾ ਵਾਪਸ ਲੈ ਕੇ 5 ਰੁਪਏ ਯੂਨਿਟ ਬਿਜਲੀ ਦਾ ਜਿਹੜਾ ਵਾਅਦਾ ਕੀਤਾ ਸੀ ਉਹ ਲਾਗੂ ਕਰਨਾ ਚਾਹੀਦਾ। ਉੱਥੇ ਪੰਜਾਬ ਵਿੱਚ ਪਾਣੀ ਦਾ ਗ੍ਰਾਫ ਹੇਠਾਂ ਹੋ ਜਾਣ ਤੇ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਰਾਜਸਥਾਨ ਨੂੰ ਜਾਣ ਵਾਲੇ ਪਾਣੀ ਤੇ ਸਰਕਾਰ ਨੂੰ ਪੈਸਾ ਵਸੂਲਣਾ ਚਾਹੀਦਾ ਹੈ, ਜਾਂ ਫਿਰ ਪੰਜਾਬ ਵਿੱਚ ਜ਼ਮੀਨੀ ਪਾਣੀ ਦੀ ਜਗ੍ਹਾ ਲਹਿਰੀ ਪਾਣੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਜਿਹੜੇ ਆਪਣੇ ਆਪ ਨੂੰ ਪਾਣੀਆਂ ਦੇ ਰਾਖੇ ਕਹਾਉਂਦੇ ਆ, ਮੈਂ ਹਰ ਵਿਧਾਨ ਸਭਾ ਸੈਸ਼ਨ ਦੇ ਵਿੱਚ ਭੁੰਜੇ ਤੱਪੜ ਤੇ ਬੈਠ ਕੇ ਧਰਨਾ ਲਾਉਣਾ ਵੀ ਅਸੀਂ 16 ਲੱਖ ਕਰੋੜ ਰੁਪਈਆ ਪਾਸ ਹੋ ਗਿਆ ਪੰਜਾਬ ਵਿਧਾਨ ਸਭਾ ਦੇ ਅੰਦਰ, 16 ਲੱਖ ਕਰੋੜ ਰੁਪਈਆ ਇਕੱਲੇ ਰਾਜਸਥਾਨ ਤੋਂ ਲੈਣਾ, ਮੁਫ਼ਤ ਦੇ ਵਿੱਚ ਪਾਣੀ ਜਾ ਰਿਹਾ। ਅਸੀਂ ਆਪਣੀਆਂ ਫਸਲਾਂ ਵਾਸਤੇ, ਆਪਣੇ ਯੂਟਿਲਿਟੀ ਵਾਸਤੇ, ਆਪਣੇ ਯੂਸੇਜ ਵਾਸਤੇ ਅਸੀਂ ਧਰਤੀ ਦੇ ਵਿੱਚ ਧੜਾ ਧੜ ਪਾਣੀ ਕੱਢ ਰਹੇ ਹਾਂ। ਦੂਜੇ ਪਾਸੇ ਭਰੀਆਂ ਹੋਈਆਂ ਨਹਿਰਾਂ, ਡੱਕੀਆਂ ਹੋਈਆਂ ਨਹਿਰਾਂ ਜਿਹੜੀਆਂ ਨੇ ਰਾਜਸਥਾਨ ਨੂੰ ਫ੍ਰੀ ਦੇ ਵਿੱਚ ਪਾਣੀ ਲੈ ਕੇ ਜਾ ਰਹੀਆਂ ਨੇ। ਸੋ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਕੁੰਭਕਰਨੀ ਨੀਂਦ ਤੋਂ ਜਾਗਣਾ ਚਾਹੀਦਾ। ਜਿਹੜਾ ਪਾਣੀ ਮੁਫ਼ਤ ਦੇ ਵਿੱਚ ਰਾਜਸਥਾਨ ਨੂੰ ਜਾ ਰਿਹਾ, ਤੁਰੰਤ ਬੰਦ ਕਰਕੇ ਉਹ ਪਾਣੀ ਪੰਜਾਬ ਦੀ ਖੇਤੀਬਾੜੀ ਵਾਲੇ ਸੈਕਟਰ ਨੂੰ ਦੇ ਦੇਣਾ ਚਾਹੀਦਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।